ਮੈਂ ਸੈਂਡੀ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ ਸਟੂਡੀਓ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ। ਔਰ ਅਸੀਂ ਅੱਜ ਆਪਣੇ ਸਟੂਡੀਓ ਦੇ ਵਿੱਚ ਇੱਕ ਗੁਰੂ ਜੀ ਨੂੰ ਬੁਲਾਇਆ ਹੋਇਆ ਹੈ। ਨੋ ਗੁਰੂ ਜੀ ਮਤਲਬ ਕੋਈ ਸੰਤ ਮਹਾਂਪੁਰਸ਼ ਨਹੀਂ, ਗੁਰੂ ਜੀ ਤੋਂ ਮੇਰਾ ਮਤਲਬ ਇੱਕ ਟੀਚਰ, ਇੱਕ ਮਾਸਟਰ ਜੀ, ਇੱਕ ਸਰਕਾਰੀ ਸਕੂਲ ਦੇ ਮਾਸਟਰ ਜੀ ਨੂੰ ਅਸੀਂ ਅੱਜ ਆਪਣੇ ਸਕੂਲ ਦੇ ਵਿੱਚ ਬੁਲਾਇਆ। ਮੈਂ ਉਸ ਗੁਰੂ ਜੀ ਦੀ ਗੱਲ ਕਰ ਰਿਹਾ। ਤੋ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਮਾਸਟਰ ਗੱਜਨ ਸਿੰਘ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਮਾਸਟਰ ਜੀ। ਓ ਸਤਿ ਸ਼੍ਰੀ ਅਕਾਲ ਸੈਂਡੀ ਜੀ, ਕੀ ਹਾਲ ਨੇ ਮਾਸਟਰ ਜੀ ਤੁਹਾਡੇ? ਉਹ ਸਾਡੇ ਹਾਲ ਬਹੁਤ ਵਧੀਆ ਜੀ, ਬਸ ਬਿਲਕੁਲ ਕਾਟੋ ਫੁੱਲਾਂ 'ਤੇ ਹੈ। ਪਰ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਕੋਈ ਸਵਾਲ ਸਵੂਲ ਪੁੱਛੋ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਸੈਂਡੀ ਜੀ। ਇਹ ਤੁਸੀਂ ਇਹ ਸਰਕਾਰੀ ਸਕੂਲ 'ਚ ਪੜ੍ਹੇ ਹੋ ਕਿ ਪ੍ਰਾਈਵੇਟ ਸਕੂਲ 'ਚ ਪੜ੍ਹੇ ਹੋ? ਮਾਸਟਰ ਜੀ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਿਆ। ਯੈਸ। ਅੱਛਾ, ਪ੍ਰਾਈਵੇਟ ਸਕੂਲ 'ਚ ਪੜ੍ਹੇ ਹੋ, ਇਹਦਾ ਮਤਲਬ ਇਹ ਆ ਕਿ ਤੁਸੀਂ ਸਾਡੇ ਵਰਗੇ ਮਾਡਰਾਂ ਦੇ ਕਟਾਪਿਆਂ ਕਟੁੱਪਿਆਂ ਤੋਂ ਬਚੇ ਰਹਿ ਗਏ ਫਿਰ, ਹੈਂ? ਉਹ ਚਲੋ ਕੋਈ ਗੱਲ ਨਹੀਂ। ਸੈਂਡੀ ਜੀ ਤੁਸੀਂ ਫਿਰ ਸਵਾਲ ਜਿਹੜਾ ਪੁੱਛਣਾ ਪੁੱਛੋ ਜੀ ਸਾਨੂੰ। ਮਾਸਟਰ ਜੀ ਤੁਸੀਂ ਆਪਣੀਆਂ ਗੱਲਾਂ ਕਰਕੇ ਮੈਨੂੰ ਥੋੜ੍ਹਾ ਜਿਹਾ ਡਰਾ ਦਿੱਤਾ ਪਹਿਲਾਂ ਹੀ, ਮੈਂ ਹੁਣ ਤੁਹਾਡੇ ਕੋਲੋਂ ਕੀ ਸਵਾਲ ਪੁੱਛਣੇ? ਮਾਸਟਰ ਜੀ ਮੇਰਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਬੱਚੇ ਜਿਹੜੇ ਹੁੰਦੇ ਨੇ ਉਹ ਸਾਡੇ ਦੇਸ਼ ਦਾ ਭਵਿੱਖ ਹੁੰਦੇ ਨੇ, ਅਸੀਂ ਸਾਡੇ ਕੋਲੋਂ ਸੁਣਿਆ ਵੀ ਹੈ। ਮੇਰਾ ਤੁਹਾਡੇ ਨਾਲ ਸਵਾਲ ਇਹ ਕਿ ਜਿਹੜੇ ਬੱਚੇ ਨੇ ਇਹ ਆਪਣੇ ਭਵਿੱਖ ਬਾਰੇ ਤੁਹਾਨੂੰ ਕੀ ਲੱਗਦਾ ਕਿ ਇਹ ਕਦੋਂ ਸੋਚਦੇ ਨੇ ਆਪਣੇ ਭਵਿੱਖ ਬਾਰੇ? ਸੈਂਡੀ ਜੀ ਜਿਹੜਾ ਪੁਰਾਣਾ ਟਾਈਮ ਸੀ ਜੀ ਆਪਣਾ, ਉਦੋਂ ਤਾਂ ਬੱਚੇ ਭਵਿੱਖ ਭੁਸ਼ ਬਾਰੇ ਸੋਚਦੇ ਰਹਿੰਦੇ ਹੁੰਦੇ ਸੀ। ਬਾਕੀ ਆਹ ਦੇਖੋ ਜੀ, ਆਹ ਹੈਗਾ ਡੰਡਾ ਜਿਹੜਾ ਸਾਡੇ ਹੱਥ ਵਿੱਚ, ਆਹ ਜਦੋਂ ਫਿਰਦਾ ਹੈ ਜੀ ਫਿਰ ਬੱਚਿਆਂ ਦੇ ਉੱਤੇ, ਢੂਹਿਆਂ ਦੇ ਉੱਤੇ, ਬੜੇ ਬੜੇ ਨੇ ਸੋਚਣ 'ਤੇ ਲਾਉਂਦਾ ਹੁੰਦਾ ਹੈ। ਬਿਲਕੁਲ ਜੀ, ਵੈਸੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਏ ਨੇ, ਹੈ ਨਾ? ਉਹ ਸੈਂਡੀ ਜੀ ਪਹਿਲਾਂ ਵਾਲੇ ਜਿਹੜੇ ਟਾਈਮ ਹੁੰਦੇ ਸੀ ਬੜੇ ਅਲੱਗ ਹੁੰਦੇ ਸੀ। ਪਹਿਲਾਂ ਵਾਲੇ ਬੱਚੇ ਜਿਹੜਾ ਆਪਣਾ ਸੋਚ ਲੈਂਦੇ ਸੀਗੇ ਭਵਿੱਖ ਬਾਰੇ, ਸੋਚਦੇ ਹੀ ਰਹਿੰਦੇ ਸੀਗੇ। ਬਾਕੀ ਆਹ ਡੰਡਾ ਦੇਖੋ ਜੀ, ਆਹ ਜਿਹਦਾ ਇੱਕ ਵਾਰੀ ਢੂਹੇ 'ਤੇ ਫਿਰਦਾ ਸੀ ਤਾਂ ਬੜੇ ਬੜਿਆਂ ਨੂੰ ਸੋਚਣ 'ਤੇ ਲੱਗਦਾ ਹੁੰਦਾ ਸੀ, ਹੈਂ? ਪਰ ਜਿਹੜੇ ਅੱਜ ਕੱਲ੍ਹ ਦੇ ਬੱਚੇ ਹੈ, ਅੱਜ ਦੀ ਮੈਂ ਜੇ ਗੱਲ ਕਰਾਂ, ਉਹ ਆਪਣੇ ਭਵਿੱਖ ਬਾਰੇ ਜੀ ਉਦੋਂ ਹੀ ਸੋਚਦੇ ਆ ਜਦੋਂ ਉਹਨਾਂ ਦਾ ਫੋਨ ਜਿਹੜਾ ਆਹ ਫੋਨ ਚੱਕੀ ਫਿਰਦੇ ਆ ਉਹ ਚਾਰਜਿੰਗ 'ਤੇ ਲੱਗਿਆ ਹੋਵੇ, ਉਹਨਾਂ ਕਿਹੜਾ ਹੁੰਦਾ ਬਸ ਉਹਨਾਂ ਦਾ ਭਵਿੱਖ ਨਹੀਂ ਸੋਚਣਾ। ਬਿਲਕੁਲ ਜੀ, ਵੈਸੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਏ ਨੇ, ਹੈ ਨਾ? ਉਹ ਸ਼ਰਾਰਤੀ ਵਰਗੇ ਸ਼ਰਾਰਤੀ ਜੀ, ਮਤਲਬ ਕਮਾਲ ਕਰਦੇ ਜੀ। ਮੈਂ ਇੱਕ ਬੱਚੇ ਨੂੰ ਕਿਹਾ ਉਹ ਜੇ ਤੂੰ ਕੱਲ੍ਹ ਪਤੰਦਰ ਆਪਣਾ ਹੋਮਵਰਕ ਨਾ ਕੀਤਾ ਨਾ ਮੈਂ ਮੁਰਗਾ ਬਣਾਊਂਗਾ। ਉਹ ਅੱਗੇ ਆ ਮੈਨੂੰ ਜਵਾਬ ਦਿੰਦਾ, ਕਹਿੰਦਾ ਮਟਰ ਜੀ ਮੁਰਗਾ ਮੈਂ ਖਾਂਦਾ ਨਹੀਂ, ਤੁਸੀਂ ਇੱਦਾਂ ਕਰੋ ਮਟਰ ਪਨੀਰ ਬਣਾ ਲਿਆ ਹੋ। ਸੁਣ ਲਓ, ਕਰ ਲਓ ਗੱਲ, ਮਟਰ ਪਨੀਰ ਬਣਾ ਲਿਆ। ਰੀਅਲੀ ਮਾਸਟਰ ਜੀ, ਬਾਕੀ ਅੱਜ ਕੱਲ੍ਹ ਦੇ ਬੱਚੇ ਬਹੁਤ ਜ਼ਿਆਦਾ ਸ਼ਰਾਰਤੀ, ਪੁੱਛ ਤਾਂ ਨੋਟੀ ਹੋ ਗਏ ਆ ਨਾ, ਅਤੇ ਅੱਜ ਕੱਲ੍ਹ ਤੁਸੀਂ ਵੈਸੇ ਉਹਨਾਂ ਨੂੰ ਕੁੱਟ ਵੀ ਨਹੀਂ ਸਕਦੇ। ਰੀਅਲੀ? ਅਤੇ ਸਾਡੇ ਨਾਲ ਮੌਜੂਦ ਨੇ ਮਾਸਟਰ ਗੱਜਨ ਸਿੰਘ ਜੀ। ਮਾਸਟਰ ਜੀ ਮੇਰਾ ਇਹ ਸਵਾਲ ਹੈਗਾ ਕਿ ਕੋਈ ਆਪਣੇ ਟਾਈਮ ਦੀ ਕੋਈ ਗੱਲ ਸੁਣਾਓ, ਆਪਣੇ ਟਾਈਮ ਜਦੋਂ ਤੁਸੀਂ ਪੜ੍ਹਾਉਂਦੇ ਹੁੰਦੇ ਸੀ ਬੱਚਿਆਂ ਨੂੰ, ਬੱਚੇ ਕਿਵੇਂ ਪੜ੍ਹਦੇ ਹੁੰਦੇ ਸੀ ਅਤੇ ਉਹ ਕਲਾਸਿਸ ਕਿਵੇਂ ਲੱਗਦੀਆਂ ਹੁੰਦੀਆਂ ਸੀ ਤੁਹਾਡੇ ਟਾਈਮ ਦੇ ਵਿੱਚ? ਉਹ ਸੈਂਡੀ ਜੀ ਟਾਈਮ ਆਪਣੇ ਬੜੇ ਵਧੀਆ ਟਾਈਮ ਹੁੰਦੇ ਸੀਗੇ, ਬੜੇ ਅੱਛਾ ਟਾਈਮ ਹੁੰਦਾ ਸੀ ਜਦੋਂ ਅਸੀਂ ਪੜ੍ਹਾਉਂਦੇ ਹੁੰਦੇ ਸੀਗੇ। ਮੈਂ ਤੁਹਾਨੂੰ ਟਾਈਮ ਦਾ ਇੱਕ ਵਾਕਿਆ, ਇੱਕ ਦਿਨ ਦਾ ਤੁਹਾਨੂੰ ਵਾਕਿਆ ਸੁਣਾਉਂਦਾ ਜੀ। ਬੱਚਿਆਂ ਜਦੋਂ ਮੈਂ ਕਲਾਸ ਲਗਾਉਂਦਾ ਸੀ, ਕਲਾਸਾਂ ਲੱਗਦੀਆਂ ਕਿੱਦਾਂ ਹੁੰਦੀਆਂ ਸੀ, ਆਹ ਬੱਚੇ ਬੈਠੇ ਸੀ ਜੀ ਕਲਾਸ ਦੇ ਵਿੱਚ, ਬੱਚੇ ਲੱਗੇ ਹੋਏ ਹਰਕਤਾਂ ਕਰਨ, ਅੱਧੀ ਛੁੱਟੀ ਸਾਰੀ ਮਟਰ ਨੇ ਮੱਖੀ ਮਾਰੀ, ਮਟਰ ਨੂੰ ਲੈ ਗਿਆ ਚੋਰ, ਕੱਲ੍ਹ ਦੀ ਛੁੱਟੀ ਹੋਰ,
ਅੱਗ ਤੋਂ ਮੈਂ ਆ ਗਿਆ। ਮੈਂ ਕਿਹਾ ਬੈਠੋ ਬਾਈ, ਆਹ ਕਿਹੜੇ ਲਿਖਿਆ ਅੱਧੀ ਛੁੱਟੀ ਸਾਰੀ ਮਾਟਰ ਨੂੰ ਲੈ ਗਿਆ ਚੋਰ। ਚਲੋ ਮੈਂ ਥੋੜ੍ਹਾ ਕਿਹਾ ਚੱਕ ਲਿਆ, ਸਿਰੇ ਸਿਰੇ ਬੈਂਡ ਪਾਉਣ ਲੱਗ ਜਾਂਦੇ ਆ ਸਿੱਧੇ ਹੱਥ ਲੈਣਾ 'ਚ, ਪਹਿਲਾਂ ਲਾਉਂਦੇ ਆ ਹਾਜ਼ਰੀ, ਬਾਕੀ ਕੰਮ ਬਾਅਦ 'ਚੋਂ। ਮੈਂ ਕਿਹਾ ਰੋਲ ਨੰਬਰ 1, ਕਹਿੰਦਾ ਯੈਸ ਸਰ। 2, ਯੈਸ ਸਰ। 3, ਮੈਂ ਖੜਾਓ ਖੜਾਓ ਇੱਧਰਾ ਇੱਧਰਾ। ਹਾਲਾ ਕਦੇ ਸਕੂਲ ਪੜ ਗਿਆ, ਕਦੇ ਚਲੇ ਗਿਆ, ਕਦੇ ਆ ਗਿਆ, ਕਦੇ ਚਲੇ ਗਿਆ, ਸਕੂਲ ਨਾ ਹੋ ਗਿਆ ਤੇਰੇ ਨਾਨਕੇ ਹੀ ਹੋ ਗਏ ਹੋਏ। ਮੈਂ ਕਿਹਾ 2 ਦਿਨ ਹੋ ਗਏ ਸਕੂਲ ਕਿਉਂ ਨਹੀਂ ਆਇਆ? ਕਹਿੰਦਾ ਜੀ ਮੇਰੀ ਮਜਬੂਰੀ ਸੀ। ਮੈਂ ਕਿਹਾ ਮਜਬੂਰੀ ਨੂੰ, ਤੂੰ MLA ਦਾ PA ਲੱਗਿਆ ਹੋਇਆ ਹੈ, ਮਜਬੂਰੀ ਸੀ। ਪਰਸੋਂ ਕਿਉਂ ਨਹੀਂ ਆਇਆ? ਕਹਿੰਦਾ ਜੀ ਪਰਸੋਂ ਮੇਰੀ ਮੰਮੀ ਨੇ ਮੇਰੀ ਨਿੱਕਰ ਧੋਤੀ ਸੀ ਜੀ, ਇਸ ਕਰਕੇ ਮੈਂ ਸਕੂਲ 'ਚ ਨਹੀਂ ਆਇਆ। ਪਰਸੋਂ ਤਾਂ ਮੰਨ ਗਿਆ ਤੇਰੀ ਮਜਬੂਰੀ, ਉਹ ਤੂੰ ਕੱਲ੍ਹ ਕਿਉਂ ਨਹੀਂ ਆਇਆ? ਕਹਿੰਦਾ ਜੀ ਕੱਲ੍ਹ ਮੈਂ ਘਰੋਂ ਤਾਂ ਤੁਰ ਪਿਆ ਸੀ। ਮੈਂ ਕਿਹਾ ਰਾਹ 'ਚ ਕਿਆ ਮੌਤ ਪੈ ਗਈ ਸੀ ਓਏ? ਕਹਿੰਦਾ ਜਦੋਂ ਜੀ ਮੈਂ ਤੁਹਾਡੇ ਘਰ ਦੇ ਅੱਗੇ ਨਿਕਲਣ ਲੱਗਿਆ, ਮੈਂ ਤੁਹਾਡੀ ਗਿੱਲੀ ਨਿੱਕਰ ਤਾਰ 'ਤੇ ਲਟਕਦੀ ਦੇਖੀ। ਮੈਂ ਕਿਹਾ ਜੇ ਮਾਸਟਰ ਜੀ ਨੇ ਸਕੂਲ ਆਏ ਹੋਣੇ, ਲੋ ਕਰ ਲਓ ਗੱਲ। ਮੈਂ ਕਿਹਾ ਥੱਪੜੇ 2 ਧਰੇ ਉਹਦੇ ਕੰਨਾਂ 'ਤੇ। ਮੈਂ ਕਿਹਾ ਤੂੰ ਕੀ ਸੋਚਦਾ, ਜੇ ਕੋਈ ਇੱਕੋ ਨਿੱਕਰ ਹੈ, ਹੈਂ? ਆਹ ਤਾਂ ਹਾਲ ਆ ਬੱਚਿਆਂ ਦਾ। ਵੈਰੀ ਫਨੀ ਜੀ। ਬਾਕੀ ਮੈਨੂੰ ਲੱਗਦਾ ਮਾਸਟਰ ਜੀ ਤੁਹਾਡੇ ਟਾਈਮ ਦੇ ਵਿੱਚ ਬੱਚੇ ਸ਼ਾਇਦ ਜ਼ਿਆਦਾ ਸ਼ਰਾਰਤੀ ਹੁੰਦੇ ਸੀਗੇ, ਨਹੀਂ ਕਿ? ਉਹ ਸ਼ਰਾਰਤੀ ਵਰਗੇ ਸ਼ਰਾਰਤੀ, ਉਹ ਬਾਲੇ ਕੱਬੇ ਸੀ ਯਾਰ ਜਵਾਕ ਤਾਂ। ਮਾਸਟਰ ਜੀ ਮੇਰਾ ਇੱਕ ਸਵਾਲ ਹੈ ਕਿ ਜਦੋਂ ਤੁਸੀਂ ਪਹਿਲੀ ਵਾਰ ਸਕੂਲ ਦੇ ਵਿੱਚ ਗਏ ਸੀਗੇ, ਤੁਹਾਡੇ ਉਸ ਦਿਨ ਦਾ ਕੋਈ ਕਿੱਸਾ ਪਲੀਜ਼ ਸਾਡੇ ਨਾਲ, ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ? ਹਾਂ ਹਾਂ, ਲੈ ਬਈ ਸੈਂਡੀ ਜੀ, ਮੈਂ ਜਦੋਂ ਪਹਿਲੀ ਵਾਰ ਸਕੂਲ ਗਿਆ, ਅਜੇ ਮੈਂ ਸਕੂਲ 'ਚ ਪੜ੍ਹਨ ਲੱਗਿਆ ਹੋਇਆ ਸੀਗਾ, ਬੱਚਿਆਂ ਨੇ ਭਾਈ ਕਿਸੇ ਨੂੰ ਚੱਕ ਕੇ ਘੜੀਸਿਆ, ਮਾਰ ਕੇ ਉਹਨੂੰ ਅੰਦਰ ਲੈ ਕੇ ਜਾਂਦੇ ਪਏ ਸਕੂਲ ਦੇ। ਮੈਂ ਆਵਾਜ਼ ਮਾਰੀ, ਮੈਂ ਕਿਹਾ ਬਾਈ ਕਿਉਂ ਘੜੀਸੇ ਘੜੀਸ ਕੇ ਇਹਨੂੰ ਅੰਦਰ ਲੈ ਕੇ ਜਾਂਦੇ ਪਏ ਸਕੂਲ ਦੇ? ਉਹ ਇਹਨੇ ਪੜ੍ਹਨਾ ਹੋਊਗਾ, ਆਪੇ ਪੜ੍ਹ ਲੂਗਾ ਇਹ, ਹੈਂ? ਤੁਸੀਂ ਘੜੀਸ ਕੇ ਕਿਉਂ ਲੈ ਕੇ ਜਾਂਦੇ ਪਏ ਇਹਨੂੰ? ਉਹ ਬੱਚੇ ਮੈਨੂੰ ਪਤਾ ਕੀ ਕਹਿੰਦੇ? ਉਹ ਕਹਿੰਦੇ ਸਰ ਜੀ ਇਹ ਕੋਈ ਬੱਚਾ ਬੁੱਚਾ ਨਹੀਂ ਹੈ, ਕੋਈ ਸਟੂਡੈਂਟ ਨਹੀਂ ਹੈਗਾ, ਇਹ ਤਾਂ ਸਾਡਾ ਪੰਜਾਬੀ ਵਾਲਾ ਮਾਸਟਰ ਹੈ। ਉਹ ਕਿੰਨੇ ਦਿਨ ਹੋ ਗਏ ਸਕੂਲ ਨਹੀਂ ਪੜ੍ਹਦਾ ਹੈਗਾ, ਇਹਨੂੰ ਘੜੀਸ ਕੇ ਲੈ ਕੇ ਜਾ ਰਹੇ ਹਾਂ ਸਕੂਲ ਅਸੀਂ। ਸੁਣ ਲਓ ਗੱਲ। ਵੈਸੇ ਸ਼ੁਕਰ ਹੈ ਕਿ ਮੈਂ UK ਦੇ ਵਿੱਚ ਪੜ੍ਹਿਆ। ਵੈਸੇ ਤੁਹਾਡੀ ਗੱਲਾਂ ਜਿਹੜੀਆਂ ਸੁਣ ਕੇ ਨਾ, ਮੈਨੂੰ ਉਹ ਥੋੜ੍ਹੀ ਕੰਪਨੀ ਜੀ ਛਿੜ ਰਹੀ ਹੈ, ਮੈਨੂੰ ਥੋੜ੍ਹੀ ਟੈਨਸ਼ਨ ਜੀ ਹੋਣ ਲੱਗ ਗਈ। ਸਰਕਾਰੀ ਸਕੂਲ ਵਿੱਚ ਪੜ੍ਹਾਈ ਇਸ ਤਰੀਕੇ ਨਾਲ ਹੁੰਦੀ ਸੀ ਪੁਰਾਣੇ ਟਾਈਮਾਂ ਦੇ ਵਿੱਚ? ਓ ਮਾਈ ਗੋਡ, ਧੰਨ ਨੇ ਵਾਕੀ ਉਹ ਬੱਚੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਨੇ। ਰੀਅਲੀ ਐਪਰੀਸ਼ੀਏਟ ਸਾਡੇ ਸਟੂਡੀਓ ਦੇ ਵਿੱਚ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਾਸਟਰ ਗਰਜਨ ਸਿੰਘ ਜੀ। ਮਾਸਟਰ ਜੀ ਮੇਰਾ ਇੱਕ ਹੋਰ ਸਵਾਲ ਹੈ ਕਿ ਤੁਹਾਡੇ ਨਾਲ ਧੱਕਾ ਸਿਰਫ ਸਕੂਲ ਦੇ ਬੱਚੇ ਹੀ ਕਰਦੇ ਹੁੰਦੇ ਸੀ, ਜਾਂ ਤੁਹਾਡੇ ਨਾਲ ਦੇ ਜਿਹੜੇ ਕੋ ਮਾਸਟਰ ਜਿਹੜੇ ਤੁਹਾਡੇ ਨਾਲ ਪੜ੍ਹਾਉਂਦੇ ਹੁੰਦੇ ਨੇ ਹੋਰ ਮਾਸਟਰ, ਉਹ ਵੀ ਕਰਦੇ ਹੁੰਦੇ ਸੀ? ਉਹ ਨਹੀਂ 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 ਸੈਂਡੀ ਜੀ, ਜਿਹੜੇ ਆਪਣੇ ਨਾਲ ਦੇ ਮਾਸਟਰ ਸੀ ਉਹ ਤਾਂ ਆਪਣੇ ਯਾਰ ਸੀ, ਪੱਕੇ ਬੇਲੀ ਹੁੰਦੇ ਸੀਗੇ। ਆ ਕਈ ਵਾਰ ਨਾ ਆਹ DO ਸਾਹਿਬ ਜਿਹੜੇ ਹੈਗੇ ਉਹ ਰੇਡ ਮਾਰ ਦਿੰਦੇ ਸੀ, ਉਦੋਂ ਬਸ ਪੰਗਾ ਜਿਹਾ ਪੈ ਜਾਂਦਾ ਸੀਗਾ, ਪਰ ਆਪਾਂ ਸੰਭਾਲ ਲੈਂਦੇ ਹੁੰਦੇ ਸੀ ਗੱਲ ਨੂੰ। ਉਹ ਸੰਭਾਲ ਲੈਂਦੇ ਸੀ DO ਸਾਹਿਬ ਜਾਣ 'ਤੇ, ਕਿਸ ਤਰ੍ਹਾਂ ਸੰਭਾਲ ਲੈਂਦੇ ਸੀ ਤੁਸੀਂ? ਉਹ ਇੱਕ ਵਾਰ ਦੀ ਗੱਲ ਹੈ, ਮੈਂ ਕਲਾਸ ਵਿੱਚ ਕੀ ਹੋਇਆ, ਮੈਨੂੰ ਆ ਗਈ ਨੀਂਦ ਜੀ, ਮੈਂ ਸੌਂ ਗਿਆ, ਅੱਖਾਂ ਮੇਰੀਆਂ ਬੰਦ। ਉੱਧਰੋਂ ਆ ਗਏ ਭਾਈ DO ਸਾਹਿਬ, DO ਸਾਹਿਬ ਨੇ ਮਾਰ ਲਈ ਰੇਡ। ਉਹ DO ਸਾਹਿਬ ਨੇ ਮੈਨੂੰ ਵੇਖ ਲਿਆ ਸੁੱਤੇ ਪਏ ਨੂੰ, ਉਹ DO ਸਾਹਿਬ ਨੇ ਆ ਕੇ ਮੈਨੂੰ ਜਗਾਇਆ, ਮੇਰੀ ਅੱਖਾਂ ਖੁੱਲ੍ਹ ਗਈਆਂ, DO ਸਾਹਿਬ ਨੂੰ ਮੈਂ ਦੇਖ ਲਿਆ। ਮੈਂ ਫਿਰ ਦਿਮਾਗ ਚਲਾਇਆ ਮੈਂ ਉਸੀ ਵਕਤ, ਉਹ DO ਸਾਹਿਬ ਨੇ ਮੈਨੂੰ ਜਗਾਇਆ, ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਬੱਚੇ ਉਹ ਦੇਖਿਆ ਫਿਰ ਤੁਹਾਨੂੰ ਹੁਣ ਪਤਾ ਲੱਗਿਆ ਵੀ ਕੁੰਭਕਰਨ ਇੱਦਾਂ ਸੌਂਦਾ ਹੁੰਦਾ ਸੀ। ਵੈਰੀ ਫਨੀ, ਵੈਰੀ ਫਨੀ ਮਾਸਟਰ ਜੀ। ਵੈਸੇ ਮੈਨੂੰ ਲੱਗਦਾ ਹੈ ਕਿ ਜਿਸ ਟਾਈਮ ਤੁਹਾਡੀਆਂ ਗੱਲਾਂ ਸੁਣ ਰਿਹਾ ਮੈਂ, ਉਸ ਟਾਈਮ ਦੇ ਵਿੱਚ ਪੜ੍ਹਾਈ ਬਹੁਤ ਇੰਟਰਸਟਿੰਗ ਹੁੰਦੀ ਸੀ, ਨਹੀਂ? ਕਿੰਨਾ ਮਜ਼ਾ ਆਉਂਦਾ ਹੋਏਗਾ ਸਕੂਲਾਂ ਦੇ ਵਿੱਚ। ਮਾਸਟਰ ਜੀ ਤੁਹਾਡੇ ਟਾਈਮ ਦੇ ਵਿੱਚ ਬੱਚੇ
ਸਕੂਲਾਂ ਦੇ ਵਿੱਚ ਪੜ੍ਹਦੇ ਵੀ ਹੁੰਦੇ ਸੀ, ਸਿਰਫ ਮਸਤੀ ਮਾਰਨ ਵਾਸਤੇ ਆਉਂਦੇ ਸੀ ਸਕੂਲਾਂ ਦੇ ਵਿੱਚ? ਉਹ ਸੈਂਡੀ ਜੀ ਪੜ੍ਹਦੇ ਵੀ ਹੁੰਦੇ ਸੀ, ਪਰ ਆਪਾਂ ਪੜ੍ਹਾਉਣ ਦੇ ਪੁੱਠੇ ਤਰੀਕੇ ਹੁੰਦੇ ਸੀ, ਉਹਦੇ ਸਵਾਲ ਵੀ ਪੁੱਠੇ ਪੁੱਠੇ ਜਿਹੇ ਕਰਦੇ ਹੁੰਦੇ ਸੀ, ਪੁੱਠੇ ਤਰੀਕੇ ਨਾਲ ਉਹਨਾਂ ਨੇ ਜਵਾਬ ਦੇਣੇ ਹੁੰਦੇ ਸੀ। ਇੱਕ ਵਾਰ ਦੀ ਗੱਲ ਆ, ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਵੀ ਬੱਚਿਓ ਏ ਬੀ ਸੀ ਸੁਣਾਓ। ਹੈ ਉਹ ਇੱਕ ਬੱਚਾ ਖੜਾ ਹੋਇਆ, ਕਹਿੰਦਾ ਮਟਰ ਜੀ ਕਿਹੜੀ ਸੁਣਾਈਏ ਜੀ, ਛੋਟੀ ਸੁਣਾਈਏ ਕਿ ਬੜੀ ਸੁਣਾਈਏ? ਮੈਂ ਸੋਚਾਂ, ਮੈਂ ਕਿਹਾ ਸੁਣਿਆ ਛੋਟੀ ਬੜੀ ਕਿਹੜੀ ਹੋ ਗਈ ਓਏ, ਚੱਲ ਮੈਂ ਕਿਹਾ ਤੂੰ ਐਂ ਕਰ, ਤੂੰ ਛੋਟੀ ਸੁਣਾ। ਕਹਿੰਦਾ ਜੀ ਏ ਬੀ ਸੀ ਡੀ ਐਕਸ ਵਾਈ ਜ਼ੈਡ। ਮੈਂ ਕਿਹਾ ਅੱਛਾ ਬਾਸ, ਬਹਿ ਜਾ। ਉਹ ਤੂੰ ਖੜਾ ਹੋਏ, ਤੂੰ ਐਂ ਕਰ, ਆਹ ਬੜੀ ਏ ਬੀ ਸੀ ਸੁਣਾ। ਮੈਨੂੰ ਕਹਿੰਦਾ ਏ ਬੀ ਸੀ ਡੀ ਐਕਸ ਵਾਈ ਜ਼ੈਡ। ਮੈਂ ਕਿਹਾ ਅੱਛਾ ਬਾਸ ਬਾਈ, ਤੂੰ ਵੀ ਬਹਿ ਜਾ। ਉਹ ਇੱਕ ਪਤੰਦਰ ਉੱਠਿਆ, ਮੈਨੂੰ ਕਹਿੰਦਾ ਮਟਰ ਜੀ ਇਹ ਬੜੀ ਏ ਬੀ ਸੀ ਅਤੇ ਛੋਟੀ ਏ ਬੀ ਸੀ 'ਚ ਕੀ ਫਰਕ ਹੁੰਦਾ ਭਰਾ? ਉਹ ਮੈਂ ਕਿਹਾ ਕੋਈ ਫਰਕ ਨਹੀਂ ਹੁੰਦਾ। ਉਹ ਕਹਿੰਦਾ ਨਹੀਂ ਨਹੀਂ ਮਟਰ ਜੀ, ਉਹ ਕੋਈ ਤਾਂ ਫਰਕ ਹੋਊਗਾ। ਮੈਂ ਕਿਹਾ ਬੱਚੇ ਉਹ ਜਿਹੜੀ ਛੋਟੀ ਏ ਬੀ ਸੀ ਹੁੰਦੀ ਹੈ, ਇਹ ਬੜੀ ਏ ਬੀ ਸੀ ਨਾਲੋਂ ਭੋਰਾ ਕੇ ਛੋਟੀ ਹੁੰਦੀ ਹੈ। ਪੜ੍ਹੋ ਸਾਲੇ। ਸੋ ਬਹੁਤ ਬਹੁਤ ਮਜ਼ਾ ਆਇਆ ਸਾਨੂੰ ਮਾਸਟਰ ਜੀ ਨਾਲ ਖੜ ਕਰਕੇ। ਤੋ ਇਹ ਸਨ ਸਾਡੇ ਨਾਲ ਮਾਸਟਰ ਗਜਨ ਸਿੰਘ ਜੀ, ਜੋ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਮਾਸਟਰ ਰਹੇ ਨੇ, ਔਰ ਤੁਹਾਡੇ ਨਾਲ ਜਿਵੇਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਰਕਾਰੀ ਸਕੂਲਾਂ ਦੇ ਵਿੱਚ, ਪੰਜਾਬ ਦੇ ਪੁਰਾਣੇ ਸਰਕਾਰੀ ਸਕੂਲਾਂ ਦੇ ਵਿੱਚ ਇਹਨੇ ਪੜ੍ਹਾਇਆ, ਕਿਸ ਤਰ੍ਹਾਂ ਪੜ੍ਹਾਉਂਦੇ ਸੀ। ਤੋ ਅਗਲੀ ਵਾਰ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਹੋਰ ਬਹੁਤ ਵਧੀਆ ਹਸਤੀ ਦੇ ਨਾਲ। ਤਦ ਤੱਕ ਲਈ ਆਪਣੇ ਸੈਂਡੀ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।